ਦੋ ਬੇਨਤੀਆਂ ਨੇ, ਇਹ ਧਿਆਨ ਨਾਲ ਸੁਣਨੀਆਂ ਨੇ। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਕੇਵਲ ਤੇ ਕੇਵਲ ਭਲਾ, 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ, ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਕਰੀਬ ਉਹ ਐਂਬੂਲੈਂਸ ਬਣਨੀ ਹੈ। ਅਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਅਤੇ ਚਾਹੀਦੀ ਵੀ ਜਲਦੀ ਹੈ। ਅਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ, ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਕਿਣਕਾ, ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ 'ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਅਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ, ਅਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ, ਚੱਲਦੀ ਫਿਰਦੀ ਰਸੋਈ, ਉਹ ਗੱਡੀ ਹੁਣ ਕਾਫੀ ਵਿਰਧ ਹੋ ਗਈ, ਪੁਰਾਣੀ ਹੋ ਗਈ ਹੈ ਅਤੇ ਕਾਫੀ ਉਹਦੇ 'ਤੇ ਖਰਚਾ ਆ ਜਾਂਦਾ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ, ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ, ਇਹ ਟੋਟਲ 21-22 ਲੱਖ ਦਾ ਖਰਚਾ ਦੋਵੇਂ ਗੱਡੀਆਂ ਦਾ। ਅਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ, ਤਿਆਰ ਹੋ ਕੇ ਵੱਖ ਵੱਖ ਥਾਵਾਂ 'ਤੇ ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ, ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਆਪਣਾ ਦਸਵੰਧ, ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ੋਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ, ਕਿਊ ਆਰ ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ ਕਿਊ ਆਰ ਕੋਡ ਦੇ ਰਾਹੀਂ ਤੁਸੀਂ ਇਹ ਟਰੱਸਟ ਨੂੰ ਸੇਵਾ ਭੇਜ ਸਕਦੇ ਹੋ, ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ 'ਤੇ ਚੱਲਦਾ, ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, 1 ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਅਤੇ 1 ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ, ਅਤੇ ਉਹ ਵੀ ਸਿੱਧਾ ਭਲਾ। ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ ਪਿਆਰੇ, ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ, ਜਿਹੜੇ ਕਈ ਦਿਨਾਂ ਤੋਂ ਭੁੱਖੇ, ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ, ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜਿਹੀ ਬਿੱਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਘਰਾਂ ਦੇ ਵਿੱਚ ਸਦਾ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ, ਅਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ, ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ,
ਇਹ ਤੁਹਾਡੇ ਘਰਾਂ ਚ ਕਮੀਆਂ ਨਹੀਂ ਰਹਿਣੀਆਂ, ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪਣੀਆਂ ਜੋ ਸੇਵਾਵਾਂ ਪਾ ਕੇ ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਔਰ ਗੁੜਗਾਉਂ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 22 ਜੂਨ ਰਾਤੀਂ 8:30 ਤੋਂ 10 ਵਜੇ ਤੱਕ ਸ਼ਿਵ ਮਾਡਰਨ ਸਕੂਲ ਦੇ ਸਾਹਮਣੇ ਗੁਰਦੁਆਰਾ ਮਾਈ ਭਾਗ ਸੁਦੀ ਜੀ ਸੰਤਗੜ੍ਹ ਨਵੀਂ ਦਿੱਲੀ, ਔਰ 23 ਤਰੀਕ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22 ਗੁੜਗਾਉਂ ਵਿਖੇ ਦਾਸ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਅਤੇ ਮੈਂ ਸਭ ਨੂੰ ਬੇਨਤੀ ਕਰਦਾ ਪਰਿਵਾਰਾਂ ਸਮੇਤ ਸੰਗਤਾਂ ਸਮੇਤ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅੱਜ ਫਿਰ ਗੁਰੂ ਪਿਤਾ ਜੀ ਨੇ ਤਰਸ ਦਾ ਖਾਤਾ ਖੋਲਿਆ, ਸਾਨੂੰ ਦੇਹ ਅਰੋਗਤਾ ਬਖਸ਼ੀ, ਉਦਮ ਬਖਸ਼ਿਆ, ਆਪਣੀ ਗੋਦ ਦੇ ਵਿੱਚ ਸਾਨੂੰ ਕਿਰਪਾ ਦੇ ਖਾਤੇ ਖੋਲ ਕੇ ਬਿਠਾਇਆ। ਥੋੜੇ ਜਿਹੇ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਬਾਬੇ ਦੇ ਘਰ ਬੈਠੇ ਹਾਂ। ਬੇਅੰਤ ਪਰਿਵਾਰਕ ਮੈਂਬਰ ਯੂਟਿਊਬ ਚੈਨਲਾਂ ਦੇ ਮਾਧਿਅਮ ਰਾਹੀਂ ਲਾਈਵ ਆਪੋ ਆਪਣੇ ਘਰਾਂ 'ਚ, ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਔਰ ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪਰਮਾਨ ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਲਾਈਵ ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ। ਮੇਰੀ ਸੁਨੇਮਰ ਬੇਨਤੀ, ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰੋ, ਔਰ ਜਿਨ੍ਹਾਂ ਨੇ ਇਹ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਕਰ ਲਓ। ਵੱਡਾ ਫਰਜ਼ ਨਿਭਾਓ ਅੱਗੇ ਤੋਂ ਅੱਗੇ ਸੰਗਤਾਂ ਨੂੰ ਜੋੜਨ ਦਾ। ਆਓ, ਭਾਵਨਾ ਉਹੋ ਹੀ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬੈਠੇ, ਚਰਨਾਂ 'ਚ ਬਾਪੂ ਦੀਪ ਸਿੰਘ ਬੈਠੇ, ਸਾਰੀ ਸੰਗਤ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਚੜ੍ਹੋ, ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
सच जुगाद सच है
ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਵਾਹਿਗੁਰੂ 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 ਜਿਹੜੇ ਘਰਾਂ 'ਚ ਵੀ ਬੈਠੇ ਸਭ ਜੁੜ ਜਾਓ ਵਾਹਿਗੁਰੂ 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 ਸਾਰੇ ਹਾਜ਼ਰੀ ਲਾਉ ਪਿਆਰਿਓ ਵਾਹਿਗੁਰੂ 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 ਵਾਹਿਗੁਰੂ
ਕਵੀ ਇੱਕ ਬਾਗ ਦੇ ਵਿੱਚੋਂ ਗੁਜ਼ਰ ਰਿਹਾ। ਗੱਲ ਧਿਆਨ ਨਾਲ ਸੁਣਿਓ। ਕਵੀ ਬਾਗ ਦੇ ਵਿੱਚੋਂ ਗੁਜ਼ਰ ਰਿਹਾ। ਬਾਗ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਫੁੱਲ ਖਿੜੇ ਸੀ ਤੇ ਕਵੀ ਨੂੰ ਮਹਿਸੂਸ ਹੋ ਰਿਹਾ ਜਿਵੇਂ ਸਾਰੇ ਫੁੱਲ ਮੁਸਕਰਾ ਰਹੇ ਨੇ ਹਾਂਜੀ। ਤੇ ਉਹ ਬਾਗ ਦਾ ਨਜ਼ਾਰਾ ਵੇਖਣ ਯੋਗ ਸੀ ਤੇ ਕਵੀ ਨੇ ਨਾ ਫੁੱਲਾਂ ਦੇ ਕੋਲ ਜਾ ਕੇ ਫੁੱਲਾਂ ਦੇ ਕੋਲੋਂ ਇੱਕ ਸਵਾਲ ਕੀਤਾ। ਪਤਾ ਕੀ ਸਵਾਲ? ਕਹਿੰਦਾ ਤੁਸੀਂ ਕੁਝ ਦਿਨਾਂ ਵਿੱਚ ਮੁਰਝਾ ਜਾਣਾ,
ਕੁਝ ਦਿਨਾਂ ਦੇ ਬਾਅਦ ਤੁਸੀਂ ਇਸ ਮਿੱਟੀ ਵਿੱਚ ਮਿਲ ਜਾਣਾ। ਫੁੱਲਾਂ ਨੂੰ ਕਹਿ ਰਿਹਾ ਕਵੀ, ਕਹਿੰਦਾ ਫਿਰ ਵੀ ਤੁਸੀਂ ਮੁਸਕਰਾ ਰਹੇ ਹੋ, ਇੰਨੀ ਤਾਜ਼ਗੀ ਦੇ ਨਾਲ ਖਿਲੇ ਹੋਏ ਹੋ, ਇਹਦਾ ਕਾਰਨ ਕੀ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫੁੱਲ ਕੁਝ ਨਾ ਬੋਲੇ, ਫੁੱਲ ਚੁੱਪ ਨੇ। ਇਹ ਜਿਹੜੇ ਕਵੀ ਹੁੰਦੇ ਨੇ, ਇਹੋ ਜਿਹੀਆਂ ਰੂਹਾਂ ਹੁੰਦੀਆਂ, ਉਹ ਅੰਤਰ ਆਤਮੇ ਆ ਚੀਜ਼ਾਂ ਨਾਲ ਗੱਲਾਂ ਕਰਦੀਆਂ ਨੇ, ਭਾਵਨਾ ਬਣਾ ਲੈਂਦੀਆਂ। ਜੇ ਅਸੀਂ ਇੱਦਾਂ ਪੁੱਛਾਂਗੇ ਇਹਨਾਂ ਨੇ ਇੱਦਾਂ ਜਵਾਬ ਦੇਣਾ। ਸੁਣਿਓ ਧਿਆਨ ਨਾਲ, ਉਹਨਾਂ ਦੀ ਆਪਣੀ ਸੋਚ ਹੁੰਦੀ ਹੈ, ਪਿਆਰੀ ਸੋਚ। ਜਦੋਂ ਉਹਨੇ ਇੰਨੀ ਗੱਲ ਕਹੀ ਕਵੀ ਨੇ ਫੁੱਲਾਂ ਨੂੰ ਕਿ ਤੁਸੀਂ ਕੁਝ ਦਿਨਾਂ ਦੇ ਵਿੱਚ ਮਿੱਟੀ 'ਚ ਮਿਲ ਜਾਣਾ, ਤੁਸੀਂ ਇੰਨਾ ਮੁਸਕਰਾ ਰਹੇ ਹੋ, ਕੁਝ ਦਿਨਾਂ 'ਚ ਮਿੱਟੀ 'ਚ ਮਿਲ ਜਾਣਾ ਤੁਸੀਂ, ਫਿਰ ਵੀ ਤੁਸੀਂ ਤਾਜ਼ਗੀ ਦੇ ਨਾਲ ਖਿੜੇ ਹੋਏ, ਦਾ ਕਾਰਨ ਕੀ? ਫੁੱਲਾਂ ਨੇ ਕੋਈ ਜਵਾਬ ਨਾ ਦਿੱਤਾ ਤੇ ਇਹਨੇ ਨੂੰ ਇੱਕ ਤਿੱਤਲੀ ਉੱਡਦੀ ਹੋਈ ਆਈ। ਹੁਣ ਗੱਲ ਸੁਣਨ ਵਾਲੀ ਜੀ, ਫੁੱਲਾਂ ਦੇ ਉੱਤੇ ਬੈਠੀ ਕੁਝ ਸਮਾਂ ਉਹ ਤਿੱਤਲੀ ਨੇ ਫੁੱਲਾਂ ਦੀ ਤਾਜ਼ਗੀ ਦਾ ਆਨੰਦ ਲਿਆ ਤੇ ਉੱਡ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਹੁਣ ਕੁਝ ਸਮੇਂ ਬਾਅਦ ਉੱਥੇ ਇੱਕ ਭੌਰਾ ਆ ਗਿਆ। ਜਦੋਂ ਭੌਰਾ ਆਇਆ, ਫੁੱਲ ਦੇ ਚਾਰੋ ਤਰਫ ਨਾ ਘੁੰਮਣ ਲੱਗ ਪਿਆ ਤੇ ਆਪਣੀ ਆਵਾਜ਼ ਵਿੱਚ ਉਹ ਗੁਣਗੁਣਾ ਰਿਹਾ, ਉਹਦੀ ਆਵਾਜ਼ ਹੈ, ਤੇ ਕਵੀ ਨੂੰ ਲੱਗਦਾ ਉਹ ਮਧੁਰ ਸੰਗੀਤ ਗਾ ਰਿਹਾ। ਸੁਣਿਓ, ਭਵਰੇ ਨੂੰ ਵੇਖਿਆ, ਭਵਰਾ ਆਇਆ, ਫੁੱਲ ਦੇ ਚਾਰੇ ਪਾਸੇ ਉਹਨੇ ਚੱਕਰ ਲਾਇਆ, ਮਧੁਰ ਸੰਗੀਤ ਸੁਣਾਇਆ, ਫਿਰ ਫੁੱਲ ਦੇ ਉੱਤੇ ਬੈਠਾ, ਖੁਸ਼ਬੋ ਲਈ ਤੇ ਥੋੜੀ ਦੇਰ ਬਾਅਦ ਉੱਡ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਕਵੀ ਵੇਖ ਰਿਹਾ, ਇਹਨੇ ਨੂੰ ਇੱਕ ਮਧੂ ਮੱਖੀ ਆ ਗਈ, ਫੁੱਲ ਦੇ ਉੱਤੇ ਬੈਠੀ, ਉਹਦੀ ਸੁਗੰਧੀ ਦਾ ਆਨੰਦ ਲਿਆ। ਮਧੂ ਮੱਖੀ ਬੜੀ ਖੁਸ਼ ਹੋਈ, ਉਹਦੀ ਸੁਗੰਧੀ ਦਾ ਆਨੰਦ ਲਿਆ ਤੇ ਪਿਆਰੇ ਉਹਦੀ ਤਾਜ਼ਗੀ ਦਾ ਆਨੰਦ ਲਿਆ, ਤੇ ਸ਼ਹਿਦ ਦਾ ਨਿਰਮਾਣ ਕਰਨ ਵਾਸਤੇ ਉਹ ਉੱਥੋਂ ਉੱਡ ਕੇ ਚਲੀ ਗਈ। ਇਹ ਕਵੀ ਵੇਖ ਰਿਹਾ ਸਭ ਚੀਜ਼ਾਂ ਵੱਲ, ਤੇ ਇਹਨੇ ਨੂੰ ਕੀ ਵੇਖਦਾ? ਇੱਕ ਛੋਟਾ ਜਿਹਾ ਬੱਚਾ ਆਇਆ ਆਪਣੀ ਮਾਂ ਨਾਲ, ਤੇ ਜਦੋਂ ਮਾਂ ਦੇ ਨਾਲ ਆਇਆ, ਫੁੱਲਾਂ ਵੱਲ ਵੇਖ ਕੇ ਹੱਸੀ ਜਾਂਦਾ, ਬੜਾ ਪ੍ਰਸੰਨ ਹੋ ਰਿਹਾ। ਬੱਚੇ ਲਈ ਨਵੀਂ ਚੀਜ਼ ਇਹ ਫੁੱਲ ਖਿੜੇ ਹੋਏ ਨੇ, ਫੁੱਲਾਂ ਵੱਲ ਵੇਖ ਕੇ ਮੁਸਕਰਾ ਰਿਹਾ, ਹੱਸ ਰਿਹਾ, ਤੇ ਜਦੋਂ ਆਪਣੇ ਕੋਮਲ ਹੱਥਾਂ ਦੇ ਨਾਲ ਫੁੱਲਾਂ ਨੂੰ ਸਪਰਸ਼ ਕਰਦਾ ਨਾ, ਤੇ ਉਸ ਵੇਲੇ ਬੜਾ ਹੀ ਆਨੰਦ ਮਹਿਸੂਸ ਕਰਦਾ। ਥੋੜਾ ਸਮਾਂ ਫੁੱਲਾਂ ਨੂੰ ਸਪਰਸ਼ ਕਰਦਾ ਹੱਥਾਂ ਨਾਲ, ਉਸ ਤੋਂ ਬਾਅਦ ਖੇਡਣ ਵਾਸਤੇ ਚਲਿਆ ਗਿਆ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਇਹ ਸਾਰੀਆਂ ਚੀਜ਼ਾਂ ਕਵੀ ਨੇ ਵੇਖੀਆਂ ਨਾ, ਕਵੀ ਨੇ, ਤੇ ਹੁਣ ਫੁੱਲ ਨੇ ਜਵਾਬ ਦਿੱਤਾ। ਪਹਿਲੇ ਨਹੀਂ ਜਵਾਬ ਦਿੱਤਾ, ਇਹਨੇ ਪੁੱਛਿਆ ਸੀ ਕਿ ਤੁਸੀਂ ਕੁਝ ਸਮੇਂ ਬਾਅਦ ਮਿੱਟੀ 'ਚ ਮਿਲ ਜਾਣਾ, ਫਿਰ ਵੀ ਤੁਹਾਡੇ ਅੰਦਰ ਇੰਨੀ ਤਾਜ਼ਗੀ, ਤਾਜ਼ਗੀ ਨਾਲ ਖਿੜੇ ਪਏ, ਮੁਸਕਰਾ ਰਹੇ, ਕਾਰਨ ਕੀ ਹੈ? ਪਹਿਲੇ ਫੁੱਲ ਨਹੀਂ ਬੋਲੇ, ਹੁਣ ਬੋਲੇ ਫੁੱਲ ਨੇ। ਪਤਾ ਕੀ ਕਿਹਾ? ਕਹਿੰਦਾ ਪਿਆਰਿਆ ਵੇਖ, ਥੋੜੇ ਸਮੇਂ ਲਈ ਭਾਵੇਂ, ਪਰ ਮੇਰੇ ਜੀਵਨ ਵਿੱਚ ਪਤਾ ਨਹੀਂ ਇਹੋ ਜਿਹੇ ਕਿੰਨੇ ਲੋਕ ਨੇ, ਭਾਵੇਂ ਮੇਰਾ ਜੀਵਨ ਛੋਟਾ ਹੈ, ਥੋੜੇ ਸਮੇਂ ਦਾ, ਪਰ ਮੇਰੇ ਜੀਵਨ ਕਾਲ ਦੇ ਵਿੱਚ ਜਿਹੜਾ ਜਿਹੜਾ ਵੀ ਮੇਰੇ ਕੋਲ ਆਇਆ ਨਾ,
ਮੈਂ ਉਹਨੂੰ ਖੁਸ਼ੀਆਂ ਵੰਡੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਮੈਂ ਲੋਕਾਂ ਨੂੰ ਖੁਸ਼ੀਆਂ ਦਿੱਤੀਆਂ ਖੁਸ਼ੀਆਂ। ਜੇ ਮੇਰੇ ਕੋਲ ਮਧੂ ਮੱਖੀ ਆਈ ਉਹ ਵੀ ਖੁਸ਼ੀਆਂ ਲੈ ਕੇ ਗਈ, ਮੇਰੇ ਕੋਲ ਜੇ ਭੌਰਾ ਆਇਆ ਉਹ ਵੀ ਖੁਸ਼ੀ ਲੈ ਕੇ ਗਿਆ, ਮੇਰੇ ਕੋਲ ਜੇ ਤਿੱਤਲੀ ਆਈ ਉਹ ਵੀ ਖੁਸ਼ੀ ਲੈ ਕੇ ਗਈ, ਛੋਟਾ ਬੱਚਾ ਆ ਗਿਆ ਉਹ ਵੀ ਖੁਸ਼ੀਆਂ ਲੈ ਕੇ ਗਿਆ, ਮੁਸਕੁਰਾ ਕੇ ਗਿਆ ਮੇਰੇ ਵੱਲ ਵੇਖ ਕੇ। ਕਹਿੰਦਾ ਇਹ ਛੋਟੇ ਜੇ ਜੀਵਨ ਵਿੱਚ ਪਤਾ ਨਹੀਂ ਕਿੰਨੇ ਕੁ ਚਿਹਰਿਆਂ ਦੇ ਉੱਤੇ ਮੈਂ ਮੁਸਕਰਾਹਟ ਲਿਆਂਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਮੈਨੂੰ ਪਤਾ ਕੱਲ ਇਸੇ ਮਿੱਟੀ ਦੇ ਵਿੱਚ ਮੈਂ ਮਿਲ ਜਾਣਾ, ਪਰ ਪਿਆਰਿਆ ਇਹ ਗੱਲ ਮੈਂ ਕਦੀ ਨਹੀਂ ਭੁੱਲਦਾ, ਭਾਵੇਂ ਇਸੇ ਮਿੱਟੀ ਦੇ ਵਿੱਚ ਮੈਂ ਮਿਲ ਜਾਣਾ, ਪਰ ਮੈਂ ਇਹ ਗੱਲ ਨਹੀਂ ਭੁੱਲਦਾ ਕਿ ਇਸੇ ਮਿੱਟੀ ਨੇ ਮੈਨੂੰ ਤਾਜ਼ਗੀ ਦਿੱਤੀ ਹੈ, ਸੁਗੰਧੀ ਦਿੱਤੀ ਹੈ, ਇਸ ਕਰਕੇ ਮਿੱਟੀ ਦੇ ਨਾਲ ਮੇਰੀ ਕੋਈ ਸ਼ਿਕਾਇਤ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਮੈਨੂੰ ਪਤਾ ਮੈਂ ਮਿੱਟੀ ਚ ਮਿਲਣਾ, ਪਰ ਇਹ ਤਾਜ਼ਗੀ ਮੈਨੂੰ ਕਿੰਨੇ ਦਿੱਤੀ ਹੈ, ਇਹ ਸੁਗੰਧੀ ਮੈਨੂੰ ਕਿੰਨੇ ਦਿੱਤੀ ਹੈ, ਮੇਰੀ ਜੜ ਕਿੱਥੇ ਲੱਗੀ ਹੈ, ਮਿੱਟੀ ਵਿੱਚ ਹੀ ਲੱਗੀ ਹੈ ਨਾ, ਇਸ ਕਰਕੇ ਮਿੱਟੀ ਦੇ ਨਾਲ ਮੇਰੀ ਕੋਈ ਸ਼ਿਕਾਇਤ ਨਹੀਂ। ਮੈਂ ਮੁਸਕਰਾਉਣਾ ਵਾ ਕਿਉਂਕਿ ਮੈਂ ਮੁਸਕਰਾਉਣਾ ਜਾਣਦਾ ਵਾਂ, ਮੈਂ ਮੁਸਕਰਾਉਣਾ ਕਿਉਂਕਿ ਮੈਂ ਮੁਸਕਰਾਉਣਾ ਜਾਣਦਾ, ਮੈਂ ਖਿੜਿਆ ਕਿਉਂਕਿ ਮੈਂ ਖਿੜਨਾ ਜਾਣਦਾ ਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਮੈਨੂੰ ਆਪਣੇ ਮੁਰਝਾਉਣ ਦਾ ਕੋਈ ਗਮ ਨਹੀਂ, ਮੇਰੇ ਬਾਅਦ ਕੱਲ ਫਿਰ ਇਸ ਮਿੱਟੀ ਦੇ ਵਿੱਚ ਇੱਕ ਨਵਾਂ ਫੁੱਲ ਖਿੜੇਗਾ। ਮੈਨੂੰ ਆਪਣੇ ਜਾਣ ਦਾ ਗਮ ਨਹੀਂ, ਮੇਰੇ ਬਾਅਦ ਕੱਲ ਇਸ ਮਿੱਟੀ ਵਿੱਚ ਇੱਕ ਨਵਾਂ ਫੁੱਲ ਖਿੜੇਗਾ, ਇਹ ਬਾਗ ਫਿਰ ਸੁਗੰਧਿਤ ਹੋ ਜਾਏਗਾ। ਹਾਂਜੀ, ਨਾ ਤੇ ਇਹ ਤਾਜ਼ਗੀ ਰੁਕਣੀ ਹੈ, ਨਾ ਹੀ ਇਹ ਮੁਸਕੁਰਾਹਟ ਰੁਕਣੀ ਹੈ, ਇਹੀ ਤੇ ਜੀਵਨ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਸੱਚੀ ਗੱਲ ਏ, ਕਹਿੰਦਾ ਮੈਨੂੰ ਆਪਣੇ ਜਾਣ ਦਾ ਗਮ ਨਹੀਂ, ਮਿੱਟੀ ਚ ਮਿਲਣ ਦਾ ਗਮ ਨਹੀਂ, ਮੁਰਝਾਉਣ ਦਾ ਗਮ ਨਹੀਂ, ਕਿਉਂਕਿ ਮੇਰੇ ਬਾਅਦ ਕੱਲ ਇਸ ਮਿੱਟੀ ਵਿੱਚ ਦੁਬਾਰਾ ਫੁੱਲ ਲੱਗਣੇ ਨੇ, ਦੁਬਾਰਾ ਫਿਰ ਇਹ ਬਾਗ ਨੇ ਸੁਗੰਧਿਤ ਹੋ ਜਾਣਾ, ਨਾ ਤਾਜ਼ਗੀ ਰੁਕਣੀ ਤੇ ਨਾ ਹੀ ਮੁਸਕੁਰਾਹਟ ਰੁਕਣੀ ਹੈ। ਦੇਖੋ ਸੱਚਾਈ ਏ, ਕੋਈ ਮੰਨ ਲਓ ਜੋੜਨ ਵਾਲਾ ਕੀਰਤਨ ਕਰਦਾ, ਹੁਣ ਕਵੇ ਵੇਖਿਆ ਮੇਰੇ ਘਰ ਕਈ ਤੇਰੇ ਤੋਂ ਪਹਿਲੇ ਆਏ, ਕਈਆਂ ਨੇ ਤੇਰੇ ਤੋਂ ਬਾਅਦ ਵੀ ਆਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਬੜਿਆਂ ਨੇ ਪਹਿਲੇ ਸੰਤ ਬਾਬਾ ਤਰਸੇ ਜੀ ਮਸਤੂਆਣੇ ਵਾਲੇ ਮਹਾਂਪੁਰਖ, ਬਾਬਾ ਨੰਦ ਸਿੰਘ ਜੀ ਮਹਾਂਪੁਰਖ, ਬਾਬਾ ਈਸ਼ਰ ਸਿੰਘ ਜੀ, ਬਾਬਾ ਕੁੰਦਨ ਸਿੰਘ ਜੀ, ਕਿੰਨੇ ਮਹਾਂਪੁਰਖ, ਸੰਤ ਸੁਜਾਨ ਸਿੰਘ ਜੀ, ਕਿੰਨੇ ਗੁਰੂ ਦੇ ਕੀਰਤਨੀਏ, ਕਿੰਨੇ ਮਹਾਂਪੁਰਖ ਆਏ ਜਿਨ੍ਹਾਂ ਨੇ ਜੋੜਿਆ ਸਮੇਂ ਸਮੇਂ ਸਿਰ। ਬਾਬਾ ਈਸ਼ਰ ਸਿੰਘ ਜੀ ਰੌਲਾ ਸਾਹਿਬ ਵਾਲੇ ਬੇਅੰਤ ਨਾਮ ਨੇ, ਬਹੁਤ ਲੰਬੀ ਲਿਸਟ ਹੈ, ਬੜੇ ਆਏ ਸਰੀਰਕ ਤੌਰ ਤੇ ਓਲਾ ਦੇ ਗਏ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਬਹੁਤ ਆਏ ਜੋੜਨ ਵਾਲੇ ਤੇ ਸੱਚਾਈ ਇਹ ਬਹੁਤ ਆਉਣਗੇ ਵੀ, ਕੋਈ ਇਹ ਨਾ ਸਮਝੇ ਮੈਂ ਹੀ ਜੋੜਨੇ ਆ, ਕਦੀ ਮਾਣ ਨਾ ਕਰੇ ਕਿਸੇ ਗੱਲ ਦਾ, ਕਦੀ ਮਾਣ ਨਹੀਂ। ਫੁੱਲ ਕੀ ਕਹਿ ਰਹੇ, ਕਹਿੰਦੇ ਨਾ ਤੇ ਇਹ ਤਾਜ਼ਗੀ ਰੁਕਣੀ ਹੈ, ਨਾ ਇਹ ਮੁਸਕੁਰਾਹਟ ਰੁਕਣੀ ਹੈ, ਇਹੋ ਹੀ ਜੀਵਨ ਹੈ। ਮੇਰੇ ਤੋਂ ਪਹਿਲੇ ਵੀ ਫੁੱਲ ਖਿੜੇ ਸੀ, ਮੇਰੇ ਤੋਂ ਬਾਅਦ ਵੀ ਖਿੜਨੇ ਨੇ। ਹੁਣ ਇੱਥੋਂ ਪਤਾ ਕੀ ਸਿੱਖਿਆ ਲੈਣੀ ਆਪਾਂ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਡੀ ਇੱਕ ਛੋਟੀ ਜਿਹੀ ਜ਼ਿੰਦਗੀ ਹੈ, ਇੱਕ ਫੁੱਲ ਆਪਣੀ ਛੋਟੀ ਜਿਹੀ ਲਾਈਫ ਦੇ ਵਿੱਚ ਖੁਸ਼ੀਆਂ ਵੰਡਦਾ ਹੈ, ਮੁਸਕਰਾਹਟ ਵੰਡਦਾ ਹੈ। ਉਹ ਪਿਆਰੇ, ਉਹ ਸਾਡੀ ਵੀ ਛੋਟੀ ਜਿਹੀ ਜ਼ਿੰਦਗੀ ਹੈ, ਤੇ ਇਹ ਮੇਰੀ ਬੇਨਤੀ ਹੈ, ਆਪਣੇ ਚਿਹਰੇ ਦੇ ਉੱਤੇ ਹਰ ਵੇਲੇ ਮੁਸਕਰਾਹਟ ਰੱਖੋ, ਤੁਹਾਡੀ ਛੋਟੀ ਜਿਹੀ ਮੁਸਕਰਾਹਟ ਨਾਲ ਵੀ
ਕਈ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਆ ਸਕਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹਮੇਸ਼ਾ ਮੁਸਕਰਾਉਂਦੇ ਰਹੋ, ਜੀਵਨ ਤੇ ਚੱਲਦਾ ਹੀ ਰਹਿਣਾ, ਹਮੇਸ਼ਾ ਮੁਸਕਰਾਉਂਦੇ ਰਹੋ, ਉਤਰਾਈਆਂ ਚੜ੍ਹਾਈਆਂ ਤੇ ਚੱਲਦੀਆਂ ਰਹਿਣੀਆਂ ਨੇ। ਅੱਜ ਤੁਸੀਂ ਹੋ, ਕੱਲ ਤੁਹਾਡੀ ਜਗ੍ਹਾ ਤੇ ਕੋਈ ਹੋਰ ਹੋਏਗਾ। ਹਰ ਵੇਲੇ ਮੁਸਕਰਾਉਂਦੇ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੰਨ ਲਓ ਤੁਸੀਂ ਕੋਈ ਅਧਿਆਪਕ ਹੋ, ਟੀਚਰ ਹੋ, ਤੁਸੀਂ ਸਕੂਲ ਵਿੱਚ ਪੜ੍ਹਾਉਂਦੇ ਹੋ, ਇੱਥੇ ਵੀ ਸਕੂਲ ਚੱਲਦਾ ਜਿੱਥੇ ਅਸੀਂ ਬੈਠੇ ਹਾਂ, ਲਾਈਵ ਪ੍ਰੋਗਰਾਮ ਚੱਲ ਰਿਹਾ, ਸੁਣਿਓ ਧਿਆਨ ਨਾਲ। ਹੁਣ ਮੰਨ ਲਓ ਤੁਸੀਂ ਟੀਚਰ ਹੋ, ਜਦੋਂ ਤੁਸੀਂ ਮੁਸਕਰਾਉਂਦੇ ਹੋਏ ਕਲਾਸ ਦੇ ਵਿੱਚ ਵੜੋਗੇ, ਕਲਾਸ ਵਿੱਚ ਪ੍ਰਵੇਸ਼ ਕਰੋਗੇ ਨਾ, ਤੇ ਵੇਖਿਓ ਸਾਰੇ ਬੱਚਿਆਂ ਦੇ ਚਿਹਰਿਆਂ ਦੇ ਉੱਤੇ ਵੀ ਮੁਸਕਰਾਹਟ ਆ ਜਾਏਗੀ। ਤੇ ਜੇ ਟੀਚਰ ਹੀ ਕਲਪੇ ਮੂੰਹ ਨਾਲ ਜਾਏਗਾ, ਮੱਥੇ ਵੱਟ ਪਾ ਕੇ ਜਾਏਗਾ, ਬੱਚੇ ਤੇ ਸਹਿਮ ਜਾਣਗੇ ਨਾ, ਅੱਜ ਲੱਗਦਾ ਸਾਡੀ ਪਿਟਾਈ ਹੋਣੀ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਜੇ ਮੰਨ ਲਓ ਤੁਸੀਂ ਡਾਕਟਰ ਹੋ, ਹੋਸਪਿਟਲ ਵੀ ਇੱਥੇ ਚੱਲ ਰਿਹਾ। ਜੇ ਮੰਨ ਲਓ ਗੁਰੂ ਨੇ ਤੁਹਾਨੂੰ ਵਿਦਿਆ ਦਿੱਤੀ, ਤੁਸੀਂ ਡਾਕਟਰ ਹੋ, ਔਰ ਡਾਕਟਰ ਦਾ ਚਿਹਰਾ ਵੀ ਹਰ ਵੇਲੇ ਮੁਸਕਰਾਉਂਦਾ ਰਵੇ। ਜਦੋਂ ਮੁਸਕਰਾਉਂਦੇ ਹੋਏ ਚਿਹਰੇ ਨਾਲ ਡਾਕਟਰ ਮਰੀਜ਼ਾਂ ਦਾ ਇਲਾਜ ਕਰੇਗਾ ਨਾ, ਅੱਧਾ ਰੋਗ ਤੇ ਡਾਕਟਰ ਦੇ ਚਿਹਰੇ ਵੱਲ ਵੇਖ ਕੇ ਮਰੀਜ਼ ਦਾ ਰਾਜੀ ਹੋ ਜਾਂਦਾ ਹੈ ਕਿ ਡਾਕਟਰ ਦਾ ਚਿਹਰਾ ਬੜਾ ਖਿੜਿਆ ਹੋਇਆ ਸੀ। ਉਹੀ ਡਾਕਟਰ ਨੇ ਮੱਥੇ ਵੱਟ ਪਾਏ ਹੋਣ, ਕ੍ਰੋਧਿਤ ਹੋਵੇ ਮਰੀਜ਼, ਅੱਧਾ ਡਰ ਜਾਂਦਾ, ਯਾਰ ਲੱਗਦਾ ਘਰੋਂ ਕਲਪ ਕੇ ਆਏ ਨੇ, ਮੇਰਾ ਕੀ ਇਲਾਜ ਕਰਨਾ, ਕਿਤੇ ਗਲਤੀ ਨਾ ਕੋਈ ਦਵਾਈ ਦੇ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਅਸੀਂ ਹੀ ਆ, ਜਦੋਂ ਮੁਸਕਰਾਉਂਦੇ ਹੋਏ ਆਪਣੇ ਘਰ ਦੇ ਵਿੱਚ ਐਂਟਰੀ ਕਰਾਂਗੇ ਨਾ, ਸ਼ਾਮ ਨੂੰ ਮੁਸਕਰਾਉਂਦੇ ਹੋਏ ਖਿੜੇ ਮੱਥੇ ਐਂਟਰੀ ਕਰਾਂਗੇ, ਸਾਡੇ ਵੱਲ ਵੇਖ ਕੇ ਸਾਡੇ ਮਾਂ ਬਾਪ, ਸਾਡੀ ਪਤਨੀ, ਸਾਡੇ ਬੱਚੇ, ਸਾਡੇ ਭੈਣ ਭਾਈ ਇੰਨੇ ਖੁਸ਼ ਹੋਣਗੇ, ਸਾਡੇ ਘਰ ਦਾ ਮੈਂਬਰ ਆ ਗਿਆ। ਤੇ ਜੇ ਉਹੀ ਮੱਥੇ ਤਿਊੜੀਆਂ ਪਾ ਕੇ ਆਵਾਂਗੇ, ਬੱਚੇ ਵੀ ਡਰ ਜਾਣਗੇ, ਲੱਗਦਾ ਅੱਜ ਪਾਪਾ ਦੀ ਬਾਹਰ ਕੋਈ ਗੱਲ ਹੋਈ ਹੈ, ਇਹਨਾਂ ਨੇ ਅੱਜ ਜੇ ਕੋਈ ਵੀ ਅਸੀਂ ਗੱਲ ਕੀਤੀ ਇਹਨਾਂ ਨੇ ਚਪੇੜਾਂ ਮਾਰ ਦੇਣੀਆਂ ਸਨ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਜਦੋਂ ਖੁਸ਼ੀ ਵਾਲਾ ਚਿਹਰਾ ਲੈ ਕੇ ਘਰ ਵਿੱਚ ਐਂਟਰੀ ਕਰਾਂਗੇ ਨਾ, ਪਰਿਵਾਰ ਵਿੱਚ ਵੀ ਖੁਸ਼ੀ ਦਾ ਮਾਹੌਲ ਬਣੇਗਾ, ਖੁਸ਼ੀ ਦਾ। ਅਸੀਂ ਅੱਜ ਹਾਂ, ਕੱਲ ਨਹੀਂ ਹੋਵਾਂਗੇ, ਸਾਡੀ ਜਗ੍ਹਾ ਤੇ ਕੱਲ ਕਿਸੇ ਹੋਰ ਨੇ ਆ ਜਾਣਾ, ਅੱਜ ਮੈਂ ਇੱਥੇ ਬੋਲ ਰਿਹਾ, ਕੱਲ ਨੂੰ ਇੱਥੇ ਕੋਈ ਹੋਰ ਬੋਲੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਅੱਜ ਤੁਸੀਂ ਇੱਥੇ ਬਹਿ ਕੇ ਸੁਣਦੇ, ਕੱਲ ਤੁਹਾਡੀ ਜਗ੍ਹਾ ਤੇ ਸੁਣਨ ਵਾਲੇ ਵੀ ਬਦਲ ਜਾਣੇ ਨੇ, ਬਦਲ ਜਾਣੇ ਨੇ, ਸੁਣਨ ਵਾਲੇ ਵੀ, ਕਰਨ ਵਾਲੇ ਵੀ ਬਦਲ ਜਾਣੇ ਨੇ, ਸੁਣਨ ਵਾਲੇ ਵੀ ਬਦਲ ਜਾਣੇ ਨੇ। ਕਿਉਂ ਨਾ ਹੋਵੇ, ਇਸ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਮੁਸਕਰਾਹਟ ਵੰਡੀਏ, ਖੁਸ਼ੀਆਂ ਵੰਡੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੰਨ ਲਓ ਤੁਸੀਂ ਕੋਈ ਬਿਜ਼ਨਸਮੈਨ ਹੋ, ਤੁਸੀਂ ਆਪਣੇ ਦਫ਼ਤਰ ਦੇ ਵਿੱਚ ਗਏ ਹੋ, ਦਫ਼ਤਰ ਦੇ ਵਿੱਚ ਮੁਸਕਰਾਹਟ ਲੈ ਕੇ ਵੜੇ ਹੋ, ਖੁਸ਼ੀਆਂ ਲੈ ਕੇ ਵੜੇ ਹੋ, ਤੇ ਕਰਮਚਾਰੀਆਂ ਦੇ ਜਿਹੜੇ ਤੁਹਾਡੇ ਅੰਡਰ ਬੰਦੇ ਕੰਮ ਕਰਦੇ ਨਾ, ਉਹਨਾਂ ਦੇ ਚਿਹਰੇ ਵੀ ਖਿੜ ਜਾਣਗੇ। ਤੇ ਜੇ ਤੁਸੀਂ ਤਿਊੜੀਆਂ ਪਾ ਕੇ ਆਪਣੇ ਬਿਜ਼ਨਸ ਦੇ ਵਿੱਚ ਐਂਟਰੀ ਕਰੋਗੇ ਨਾ, ਉਹਨਾਂ ਦੇ ਦਿਮਾਗ ਦੇ ਉੱਤੇ ਵੀ ਅਨੋਖਾ ਜਿਹਾ ਪ੍ਰੈਸ਼ਰ ਆਏਗਾ, ਤੇ ਮਾਹੌਲ ਜਿਹੜਾ ਨਾ ਪਿਆਰੇ ਹੋ, ਉਹ ਖੁਸ਼ੀ ਦੀ ਜਗ੍ਹਾ ਕਮੀ ਵਾਲਾ ਬਣਨਾ, ਟੈਨਸ਼ਨ 'ਚ ਰਹਿਣਗੇ, ਉਹ ਟੈਨਸ਼ਨ ਕੰਮ ਸਵਾਰਨ ਦੀ ਜਗ੍ਹਾ 'ਤੇ ਵਿਗਾੜਨ ਲੱਗ ਪੈਣਗੇ। ਇਹੋ ਜਦੋਂ ਖੁਸ਼ੀ ਵਾਲਾ ਮਾਹੌਲ ਲੈ ਕੇ ਆਪਣੇ ਆਫਿਸ ਵਿੱਚ ਦਾਖਲ ਹੋਵੋਗੇ, ਤੇ ਮਾਹੌਲ ਵੀ ਖੁਸ਼ਨੁਮਾ ਬਣ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹਰੇਕ ਦੀ ਮੈਂ ਗੱਲ ਕਰ ਰਿਹਾ, ਜੇ ਦੁਕਾਨਦਾਰ ਹੋ ਤੇ ਖਿੜੇ ਚਿਹਰੇ ਦੇ ਨਾਲ ਦੁਕਾਨਦਾਰੀ ਕਰੋ, ਖਿੜੇ ਚਿਹਰੇ ਨਾਲ, ਗ੍ਰਾਹਕਾਂ ਨਾਲ ਖਿੜੇ ਚਿਹਰੇ ਨਾਲ ਮਿਲੋ, ਉਹਨਾਂ ਨੂੰ ਸਨਮਾਨ ਦਿਓ, ਗ੍ਰਾਹਕ ਖੁਸ਼ ਹੋ ਕੇ ਪਿਆਰੇ ਹੋ, ਫਿਰ ਤੁਹਾਡੀ ਦੁਕਾਨ ਤੋਂ ਹੀ ਸਮਾਨ ਲਿਆ ਕਰਨਗੇ, ਗਾਹਕੀ ਪੱਕੀ ਹੋ ਜਾਏਗੀ ਤੁਹਾਡੀ। ਨਹੀਂ ਬਈ, ਇਹ ਤੇ ਬੜੇ ਪਿਆਰੇ ਬੋਲ ਬੋਲਦਾ, ਇਹ ਤੇ ਕਦੀ ਜਵਾਬ ਨਹੀਂ ਦਿੰਦਾ,
ਇਹ ਤੇ ਬੜੀ ਮਿਠਾਸ ਨਾਲ ਸਾਰੇ ਕੰਮ ਕਰਦਾ, ਕਦੀ ਘੱਟ ਨਹੀਂ ਤੋਲਦਾ, ਵਪਾਰ ਵੀ ਸੋਹਣਾ ਕਰਦਾ, ਬੁਲਾਉਂਦਾ ਵੀ ਸਹੀ ਢੰਗ ਨਾਲ, ਫਿਰ ਤੁਹਾਡੀ ਗਾਹਕੀ ਵੀ ਵਧੇਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਕਦੀ ਨੋਟ ਕਰਨਾ, ਅਸੀਂ ਸੜਕ ਦੇ ਉੱਤੇ ਜਾ ਰਹੇ ਹਾਂ ਨਾ, ਇਹ ਪਰਸੋਂ ਚੌਥ ਦੀ ਗੱਲ ਹੈ, ਅਸੀਂ ਮਹਾਰਾਜ ਜੀ ਦੀ ਕਿਰਪਾ ਨਾਲ ਦਿੱਲੀ ਜਾ ਰਹੇ ਸੀ, ਇੱਕ ਗੱਡੀ ਦੇ ਵਿੱਚ ਇਹ ਚਲਾ ਰਿਹਾ ਸੀ ਗੱਡੀ, ਤੇ ਗੱਡੀ ਅਗਲੀ ਜਾ ਰਹੀ ਤੇ ਉਹਦੇ ਚ ਨਾ ਤਿੰਨ ਚਾਰ ਬੱਚੇ ਸੀ ਛੋਟੇ ਛੋਟੇ, ਆਪਸ ਚ ਲੜ ਰਹੇ, ਛੋਟੇ ਬੱਚੇ ਲੜਦੇ ਹੀ ਹੈ ਕਈ ਵਾਰੀ, ਤੇ ਅਸੀਂ ਆਪਣੀ ਗੱਡੀ ਚ ਬੈਠੇ ਨਾ ਉਹਦੇ ਵੱਲ ਵੇਖ ਕੇ ਨਾ ਵੈਸੇ ਮੈਂ ਹੱਸਣ ਲੱਗ ਪਿਆ, ਉਹ ਬੱਚੇ ਸਾਰੇ ਹੱਸ ਕੇ ਨਾ ਏਦਾਂ ਕਰਨ ਲੱਗ ਪਏ, ਹੱਸ ਕੇ ਨਾ ਉਹਨਾਂ ਨੇ ਏਦਾਂ ਬਾਏ ਕਰਨੀ ਸ਼ੁਰੂ ਕਰਤੀ, ਏਦਾਂ ਮੇਰੇ ਵੱਲ ਹੱਥ ਕਰਨੇ ਸ਼ੁਰੂ ਕਰਤੇ। ਪਿਆਰੇ ਹੋ, ਜੇ ਸੜਕ ਦੇ ਉੱਤੇ ਵੀ ਜਾ ਰਹੇ ਹਾਂ ਨਾ, ਕਿਸੇ ਅਣਜਾਣ ਆਦਮੀ ਨੂੰ ਵੇਖ ਕੇ ਜੇ ਤੁਸੀਂ ਮੁਸਕੁਰਾਏ ਹੋ ਨਾ, ਸੱਚੀ ਗੱਲ ਆਟੋਮੈਟਿਕ ਉਹਦੇ ਚਿਹਰੇ ਤੇ ਵੀ ਮੁਸਕੁਰਾਹਟ ਆ ਜਾਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਮੁਸਕੁਰਾਓ, ਕਿਉਂਕਿ ਮੁਸਕੁਰਾਹਟ ਦੇ ਪੈਸੇ ਨਹੀਂ ਲੱਗਦੇ, ਇਹ ਤੇ ਖੁਸ਼ੀ ਦੀ ਤੇ ਸੰਪੰਨਤਾ ਦੀ ਪਹਿਚਾਣ ਹੈ ਮੁਸਕੁਰਾਹਟ। ਜੇ ਅਸੀਂ ਸੰਗਤ ਕਰਦੇ ਹਾਂ ਨਾ, ਮੱਥੇ ਤੇ ਤਿਉੜੀਆਂ ਪਾ ਕੇ ਨਾ ਕਦੀ ਰੱਖਿਓ। ਜਿਹੜੇ ਤਿੰਨ ਤੋਂ ਚਾਰ ਰੋਜ਼ ਜੁੜਦੇ ਹੋ ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਜਾਂ ਯੂਟਿਊਬ ਦੇ ਮਾਧਿਅਮ ਰਾਹੀਂ ਜਿੱਥੇ ਜਿੱਥੇ ਵੀ ਤੁਸੀਂ ਜੁੜਦੇ ਹੋ ਨਾ, ਕਦੀ ਮੱਥੇ ਤਿਉੜੀਆਂ ਪਾ ਕੇ ਨਾ ਰੱਖੋ, ਮੱਥੇ ਵੱਟ ਪਾ ਕੇ ਨਾ ਰੱਖੋ, ਅੱਧੀਆਂ ਤੁਹਾਡੀਆਂ ਪਰੇਸ਼ਾਨੀਆਂ ਏਦਾਂ ਹੀ ਹੱਲ ਹੋ ਜਾਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਕਿਉਂਕਿ ਤੁਹਾਡੀ ਮੁਸਕੁਰਾਹਟ ਕਈ ਚਿਹਰਿਆਂ ਦੇ ਉੱਤੇ ਮੁਸਕੁਰਾਹਟ ਲਿਆਏਗੀ, ਕਈ ਚਿਹਰਿਆਂ ਦੇ ਉੱਤੇ। ਹਾਂਜੀ, ਮੁਸਕੁਰਾਓ ਹਰ ਵੇਲੇ ਮੁਸਕੁਰਾਓ, ਕਿਉਂਕਿ ਇਹ ਜੀਵਨ ਦੁਬਾਰਾ ਨਹੀਂ ਜੇ ਮਿਲਣਾ। ਫੁੱਲਾਂ ਦੇ ਕੋਲੋਂ ਸਿੱਖ ਲਓ, ਉਹ ਫੁੱਲ ਕਹਿ ਰਹੇ ਸਾਨੂੰ ਪਤਾ ਹੈ ਅਸੀਂ ਮਿੱਟੀ ਵਿੱਚ ਮਿਲਣਾ, ਮਿੱਟੀ ਵਿੱਚ ਮਿਲਣਾ ਪਤਾ ਹੈ, ਪਰ ਇਹਦਾ ਸਾਨੂੰ ਗਮ ਨਹੀਂ, ਕਿਉਂਕਿ ਤਾਜ਼ਗੀ ਵੀ ਮਿੱਟੀ ਨੇ ਦਿੱਤੀ ਹੈ, ਸੁਗੰਧੀ ਵੀ ਮਿੱਟੀ ਨੇ ਦਿੱਤੀ ਹੈ, ਸਾਡੀ ਜੜ ਵੀ ਮਿੱਟੀ 'ਚ ਲੱਗੀ ਹੋਈ ਹੈ। ਸਾਨੂੰ ਆਪਣੇ ਮੁਰਝਾਉਣ ਦਾ ਗਮ ਨਹੀਂ, ਕਿਉਂਕਿ ਅੱਜ ਅਸੀਂ ਹਾਂ, ਕੱਲ੍ਹ ਨੂੰ ਸਾਡੀ ਜਗ੍ਹਾ 'ਤੇ ਦੂਜੇ ਫੁੱਲ ਖਿੜਨਗੇ। ਇਹ ਸੁਗੰਧੀ ਨਹੀਂ ਰੁਕਣੀ, ਇਹ ਤਾਜ਼ਗੀ ਨਹੀਂ ਰੁਕਣੀ, ਇਸੇ ਤਰ੍ਹਾਂ ਪਿਆਰਿਓ ਸਾਡਾ ਜੀਵਨ ਵੀ ਰੁਕਣਾ ਨਹੀਂ, ਅੱਜ ਅਸੀਂ ਜਾਂ ਕੱਲ੍ਹ ਨੂੰ ਕੋਈ ਹੋਰ ਹੋਏਗਾ। ਇਸ ਕਰਕੇ ਜਿੰਨਾ ਜੀਵਨ ਹੈ ਮੁਸਕੁਰਾ ਕੇ ਬਤੀਤ ਕਰੋ। ਉਤਰਾਈਆਂ ਚੜ੍ਹਾਈਆਂ ਆਉਂਦੀਆਂ ਨੇ, ਦੁੱਖ ਸੁੱਖ ਆਉਂਦੇ ਨੇ, ਪਰ ਹੱਸ ਕੇ ਇਹਨਾਂ ਦਾ ਮੁਕਾਬਲਾ ਕਰੋ। ਤੁਹਾਡਾ ਜਿਹੜਾ ਕਸ਼ਟ ਹੈ, ਤੁਹਾਡੀ ਜਿਹੜੀ ਪ੍ਰੋਬਲਮ, ਅੱਧੇ ਨਾਲੋਂ ਵੱਧ ਸੋਲਵ ਹੋ ਜਾਏਗੀ, ਹੱਲ ਹੋ ਜਾਏਗੀ। ਗੁਰੂ ਮਿਹਰ ਕਰੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 803-804 ਨੰਬਰ ਅੰਗ ਦੇ ਉੱਤੇ ਦਰਜ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਬੜੇ ਪਿਆਰ ਨਾਲ ਇਹ ਸ਼ਬਦ ਮੇਰੇ ਨਾਲ ਨਾਲ ਪੜਿਓ ਜੀ। ਭੂਲੇ ਮਾਰਗ ਜਿਨਹੇ ਬਤਾਇਆ, ਭੂਲੇ ਮਾਰਗ ਜਿਨਹੇ ਐਸਾ ਗੁਰ, ਐਸਾ ਗੁਰ, ਐਸਾ ਗੁਰ, ਐਸਾ ਗੁਰ, ਐਸਾ ਗੁਰ, ਐ
ਐਸਾ ਗੁਰਬਟ ਪਾਹੀ ਪਾਇਆ, ਐਸਾ ਗੁਰਬਟ ਪਾਹੀ ਪਾਇਆ, ਐਸਾ ਗੁਰਬਟ ਪਾਹੀ ਪਾਇਆ, ਐਸਾ ਗੁਰਬਟ ਪਾਹੀ ਪਾਇਆ। ਵਟ ਪਾਕੀ ਪਾਇਆ, ਐਸਾ ਗੁਰਬਟ ਪਾਕੀ ਪਾਇਆ। Thank you.
ਬਾਬਾ ਦੀਪ ਸਿੰਘ। ਐਸਾ ਗੁਰੇ
ਰੱਖ ਲੈ ਪੈਰ ਤੂੰ ਮੇਰਾ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਅਗਨ ਸਾਗਰ ਗੁਰਮਟ ਭਾਗੀ ਗੁਰਮਟ ਭਾਗੀ ਪਾਇਆ
ਘਰ ਕਥਾ ਸੁਣਾਈ ਦਿਸਪੁਰ ਕੋ ਸਤ ਪਨਖਾਰਣੇ ਜਿਨ ਘਰ ਸੇਵਾ ਪੰਡਤ ਬਣਾਈ ਦਿਸਪੁਰ ਕੋ ਸਤ ਪਨਖਾਰਣੇ ਜਿਨ ਘਰ ਸੇਵਾ ਪੰਡਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਕੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਕੇ ਬੋਲ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਅੱਜ ਕੇ ਬੋਲੋ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਬੋਲੋ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਚੱਤਰ ਚੱਕਰ ਮਰਤੀ ਚੱਤਰ ਚੱਕਰ ਭੁਗਤੇ ਸੋਈ ਅੰਬਾਂ ਸੋ ਮੰਗ ਸਰਬਦਾ ਸਰਬ ਜੁਗਤੇ ਦੁਖਾਂ ਮਰਣਾ ਸੀ ਨਯਾ ਨਰ ਸਰੂਪੇ ਸਦਾ ਅੰਗ ਸੰਗੇ ਅਪੰਗ ਬਿਭੂਰੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਇੱਥੇ ਉੱਥੇ ਰਖਵਾਲਾ ਇੱਥੇ ਉੱਥੇ ਰਖਵਾਲਾ ਬੋਲੋ ਸਤਿਗੁਰ ਦੀਨ ਦਿਆਲਾ ਪ੍ਰਭ ਸਤਿਗੁਰ ਦੀਨ ਦਿਆਲਾ ਪ੍ਰਭ ਸਤਿਗੁਰ ਦੀਨ ਦਿਆਲਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਜਿੱਥੇ ਕਿੱਥੇ ਮੈਨੂੰ ਜਿਨ ਹਰ ਸੋਚੀ ਪਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ ਸਭ ਨੂੰ ਪਤਾ ਹੈ
ਤੇ ਦੋ ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ ਚ ਪਾਈਆਂ ਨੇ ਹੁਣ। ਮੈਂ ਕੱਲ ਵੀ ਅਰਜ ਕੀਤੀ ਸੀ ਸਾਨੂੰ ਹਸਪਤਾਲ ਲਈ, ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਈਆਂ ਦੀ ਪਰਚੀ 'ਚ ਦੋ ਦਿਨ ਦੀ ਦਵਾਈ ਦਿੱਤੀ ਜਾਂਦੀ, ਜਿਹਦੇ 'ਚ ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ। ਆ ਕੇ ਆਪਣੀਆਂ ਅੱਖਾਂ ਨਾਲ ਵੇਖੋ, ਅਲਟਰਾਸਾਊਂਡ, ਐਕਸਰੇ, ਖੂਨ ਦੇ ਜੋ ਲੈਬੋਰਟਰੀ ਦੇ ਖੂਨ ਦੀ ਜਾਂਚ ਦੇ ਸਾਰੇ ਕਾਰਜ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਜਿਹੜੀਆਂ ਫੈਸਿਲਿਟੀਆਂ ਨੇ, ਬਿਲਕੁਲ ਲਾਗਤ ਮੁੱਲ ਦੇ ਨਾਲ ਇੱਕੋ ਛੱਤ ਥੱਲੇ। ਇਸ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ ਤੇ ਐਂਬੂਲੈਂਸ ਤਕਰੀਬਨ 10-11 ਲੱਖ ਦਾ ਖਰਚਾ ਐਂਬੂਲੈਂਸ ਦਾ। ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜੋ ਵੀ ਗੁਰੂ ਪਿਤਾ ਜੀ ਨੇ ਤੁਹਾਨੂੰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਭਾਵੇਂ ਇੱਕ ਇੱਕ ਕਿਣਕਾ ਹੀ, ਜਿਹਦੀ ਸਮਰੱਥਾ 1,000 ਰੁਪਈਆ ਹਿੱਸਾ ਪਾਉਣ ਦੀ ਉਹ ਉਨਾ ਪਾਵੇ, 10,000 ਦੀ ਉਹ ਉਨਾ ਹਿੱਸਾ ਪਾਵੇ, 5,000 ਦੀ ਹੈ ਉਹ ਉਨਾ ਹਿੱਸਾ ਪਾਵੇ, ਲੱਖ ਵਾਲਾ ਲੱਖ ਸੇਵਾ ਕਰੇ। ਇਹ ਐਂਬੂਲੈਂਸ ਚਾਹੀਦੀ ਹੈ ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ ਤੇ ਪਿਆਰਿਓ, ਮੈਨੂੰ ਇੱਦਾਂ ਮਹਿਸੂਸ ਹੁੰਦਾ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੀ ਐਂਬੂਲੈਂਸ ਦੀ, ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹੇ ਉਹ ਉਦਾਂ ਕਰ ਲਵੇ, ਮੰਨੋ ਨਹੀਂ ਸਮਰੱਥਾ, ਜੋ ਗੁਰੂ ਨੇ ਤੁਹਾਨੂੰ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ। ਇੱਕ ਤੇ ਇਹ ਬੇਨਤੀ, ਦੂਸਰਾ ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਹੈ, ਇੱਕ ਰਸੋਈ ਉਹ ਹੈ ਜਿਹਦੇ 'ਚ 2500 ਮੈਂਬਰ ਰੋਜ਼ ਲੰਗਰ ਛਕਦੇ ਨੇ, ਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ, ਤੇ ਉਹਨਾਂ ਥਾਵਾਂ ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਨਾਲ ਜਿੱਥੇ ਅੱਤ ਦੀ ਲੋੜ ਹੁੰਦੀ। ਕਈ ਕਈ ਦਿਨਾਂ ਤੋਂ ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ, ਤੇ ਹਫ਼ਤੇ 'ਚ 2-3 ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ, ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ, ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਦ ਦਿੰਦੇ ਹੋ, ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ, ਕਾਫ਼ੀ ਪੁਰਾਣੀ ਹੋ ਗਈ, ਅਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ। ਅਤੇ ਮੇਰੀ ਬੇਨਤੀ, ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹੇ ਵਾਹ ਭਲਾ, ਅਤੇ ਜੇ ਨਹੀਂ ਕੋਈ ਕਰ ਸਕਦਾ, ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ, ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ। ਤੁਰੰਤ ਦਾਨ ਮਹਾਪੁੰਨ, ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਨਾ, ਫਿਰ ਮਨ ਆਲਸੀ ਹੁੰਦਾ ਜਾਂਦਾ, ਆਲਸੀ, ਚਲ ਕੋਈ ਨੀ ਫਿਰ ਕਰ ਲਾਂਗੇ, ਹੁਣ ਆਹ ਲੋੜ ਹੈ ਇਹ ਚੀਜ਼ ਲਈ ਵਰਤ ਲਈ ਨੇ, ਫਿਰ ਕਰ ਲਾਂਗੇ ਸੇਵਾ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਤੁਰੰਤ ਦਾਨ ਮਹਾਂਪੁੰਨ, ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ, ਆਲਸੀ। ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚਦਰਾਂ ਸੁੱਖ ਲਈਆਂ ਕਿ ਧਾਰਮਿਕ ਅਸਥਾਨ ਤੇ ਮੈਂ 100 ਚਦਰ ਚੜ੍ਹਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚਦਰਾਂ ਚੜ੍ਹਾਉਣ ਦੀ ਵਾਰੀ, ਕਹਿੰਦਾ ਇੰਨੀਆਂ ਮਹਿੰਗੀਆਂ ਚਦਰਾਂ, 100 ਚਦਰਾਂ, ਕਹਿੰਦਾ ਚੱਲ 50 ਚੜ੍ਹਾ ਦੇਣੇ, 50 ਦਾ ਜਦੋਂ ਰੇਟ ਪਤਾ ਕੀਤਾ, ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ, ਫਿਰ 10 ਤੇ ਆ ਗਿਆ, 10 ਤੋਂ ਫਿਰ 1 ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ,
ਮਨ ਬਣੇ ਉਸੇ ਵੇਲੇ ਇਹ ਕਿਊ ਆਰ ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲਦੀ ਹੈ, ਸਕਰੀਨ ਸ਼ੋਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ ਤੇ ਫੋਨ ਪੇ, ਗੂਗਲ ਪੇ, ਪੇਟੀਐਮ ਵੀ ਤੁਸੀਂ ਜੋ ਸੇਵਾ ਕਰ ਸਕਦੇ ਹੋ 98 150 99 513 ਤੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਕਿਉਂਕਿ ਤੁਹਾਡੇ ਕਿਣਕੇ ਕਿਣਕੇ ਨਾਲ ਹੀ ਸਭ ਕੁਝ ਚੱਲਦਾ, ਤੁਹਾਡਾ ਕਿਣਕਾ ਕਿਣਕਾ ਸਮੁੰਦਰ ਬਣ ਜਾਂਦਾ ਹੈ। ਤੇ ਕੋਈ ਵੀ ਜੋ ਪਰਿਵਾਰਕ ਮੈਂਬਰ ਇਸ ਸੇਵਾ ਦੇ ਵੱਡੇ ਕੁੰਭ ਦੇ ਵਿੱਚ ਹਿੱਸਾ ਪਾਉਣ ਤੋਂ ਵਾਂਝਾ ਨਾ ਰਹਿ ਜੇ, ਇਹ ਮੇਰੀ ਬੇਨਤੀ ਹੈ। ਦੋ ਵੱਡੀਆਂ ਸੇਵਾਵਾਂ ਬਾਪੂ ਜੀ ਨੇ ਸਾਨੂੰ ਦਿੱਤੀਆਂ ਨੇ ਤੇ ਇਹ ਮੌਕਾ ਸਾਂਭੋ, ਸੇਵਾ ਜਿੰਨੀ ਲੁੱਟ ਸਕਦੇ ਹੋ ਲੁੱਟ ਲਓ, ਐਂਬੂਲੈਂਸ ਲਈ ਤੇ ਨਾਲ ਇਹ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਇਹ ਵੱਡੀਆਂ ਸੇਵਾਵਾਂ ਵਿੱਚ ਸਭ ਨੇ ਹਿੱਸਾ ਪਾਉਣਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪਾਠ ਜਪਜੀ ਸਾਹਿਬ, ਦੋ ਪਾਠ ਚੁਪਈ ਸਾਹਿਬ, ਇੱਕ ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ, ਪਰ ਚਾਰ ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, 11:15 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ 1-1 ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ
ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।